ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਜੀ ਪਹਿਲਾਂ ਤਾਂ ਮੈਂ ਤੁਹਾਡੇ ਚਾਚਾ ਜੀ ਬਾਰੇ ਗੱਲ ਕਰਨੀ ਆ ਕਿ ਉਹਨਾਂ ਦੀ ਹਾਰਟ ਸਰਜਰੀ ਹੋਈ ਆ, ਹੁਣ ਉਹ ਬਿਲਕੁਲ ਠੀਕ ਨੇ, ਕੋਈ ਪ੍ਰੋਬਲਮ ਨਹੀਂ ਹੈਗੀ, ਤੁਰਦੇ ਫਿਰਦੇ ਨੇ ਅਤੇ ਯਾਨੀ ਕਿ ਰੈਸਟ 'ਤੇ ਹੀ ਨੇ। ਉਹ ਪਤਾ ਹੀ ਆ ਤੁਹਾਨੂੰ, ਕਾਫੀ ਦੇਰ ਰੈਸਟ 'ਤੇ ਰਹਿਣਗੇ। ਬਹੁਤ ਸਾਰਿਆਂ ਦੀਆਂ ਦੁਆਵਾਂ ਸੀਗੀਆਂ ਜਿਸ ਕਰਕੇ ਉਹ ਠੀਕ ਠਾਕ ਆਪਣੇ ਘਰ ਆ ਗਏ। ਕੋਈ ਗੱਲ ਨਹੀਂ, ਤਕਲੀਫਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਪਰ ਤੰਦਰੁਸਤੀ ਚਾਹੀਦੀ ਆ, ਪਰਮਾਤਮਾ ਸਭ ਨੂੰ ਠੀਕ ਠਾਕ ਰੱਖੇ। ਅਤੇ ਅੱਜ ਜੀ ਆਪਾਂ ਨੇ ਬਣਾਉਣਾ ਅਚਾਰ। ਕਾਫੀ ਸਾਰੇ ਬੱਚਿਆਂ ਦੀ ਰਿਕੁਐਸਟ ਆਈ ਹੋਈ ਸੀ ਵੀ ਆਂਟੀ ਜੀ ਨਿੰਬੂ ਦਾ ਅਚਾਰ ਬਣਾਓ। ਅਚਾਰ ਤਾਂ ਵੈਸੇ ਮੇਰੇ ਕੋਲ ਬਹੁਤ ਪਿਆ ਅਤੇ ਇਹ ਨਿੰਬੂ ਵੀ ਰਿਸ਼ਤੇਦਾਰੀ 'ਚ ਹੋਏ ਸੀਗੇ, ਮਨੀ ਦੇ ਤਾਇਆ ਜੀ ਗਏ ਸੀ ਨਾਨਕੇ, ਉੱਥੋਂ ਲੈ ਕੇ ਆਏ ਸੀ। ਉਹ ਜਾਂਦੇ ਜਾਂਦੇ ਮੈਨੂੰ ਦੇ ਕਹਿੰਦੇ ਅਸੀਂ ਬਹੁਤ ਅਚਾਰ ਪਾਇਆ ਹੋਇਆ, ਤੂੰ ਪਾ ਲਾ ਦਰਸ਼ਨ। ਅਤੇ ਫਿਰ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਮੈਂ ਪਾ ਲੈਂਦੀ ਹਾਂ, ਥੋੜ੍ਹਾ ਜਿਹਾ ਮਹਿਕ ਨੇ ਪਾ ਲਿਆ ਆਪਣਾ। ਅਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਖੱਟਾ ਮਿੱਠਾ ਅਚਾਰ ਬਣਾਉਣਾ ਦੱਸਦੇ ਹਾਂ। ਹਾਂਜੀ, ਇਹ ਲੈ ਲਏ ਆਪਾਂ ਨੇ ਨਿੰਬੂ। ਨਿੰਬੂ ਕੱਟ ਕੇ ਆਪਾਂ ਨੇ ਚੰਗੀ ਤਰ੍ਹਾਂ ਸਾਰੇ ਇਹਨਾਂ ਦੇ ਬੀਜ ਕੱਢਤੇ। ਇੱਕ ਗੱਲ ਆ ਵੀ ਜਦੋਂ ਵੀ ਤੁਸੀਂ ਅਚਾਰ ਬਣਾਉਣਾ, ਨਿੰਬੂਆਂ ਨੂੰ ਪਾਣੀ ਬਿਲਕੁਲ ਨਹੀਂ ਲੱਗਣਾ ਚਾਹੀਦਾ, ਕਿਉਂਕਿ ਜਦੋਂ ਪਾਣੀ ਲੱਗ ਜਾਂਦਾ ਤਾਂ ਉਹ ਖਰਾਬ ਹੋ ਜਾਂਦੇ ਨੇ। ਇਸ ਕਰਕੇ ਇਹਨਾਂ ਨੂੰ ਪਾਣੀ ਬਿਲਕੁਲ ਸੁੱਕੇ ਭਾਂਡੇ ਦੇ ਵਿੱਚ ਹੀ ਚੀਰੋ। ਅਤੇ ਆਪਾਂ ਨੇ ਇਹਨਾਂ ਦੇ ਚਾਰ ਚਾਰ ਪੀਸ ਕੀਤੇ ਨੇ, ਕਿਉਂਕਿ ਕਈ ਵਾਰੀ ਥੋੜ੍ਹਾ ਅਚਾਰ ਖਾਂਦਾ, ਕੋਈ ਕੋਈ ਜ਼ਿਆਦਾ ਖਾਂਦਾ, ਉਸ ਅਕੋਰਡਿੰਗ ਬੰਦਾ ਲੈ ਲੈਂਦਾ ਆਪਣਾ। ਨਿੰਬੂਆਂ ਦੇ ਵਿੱਚ ਪਾਉਣ ਲਈ ਆਪਾਂ ਨੇ ਲਈ ਆ ਜੀ ਦੇਗੀ ਮਿਰਚ ਅਤੇ ਥੋੜ੍ਹੀ ਜਿਹੀ ਘਰ ਦੀ ਕੁੱਟੀ ਹੋਈ ਲਾਲ ਮਿਰਚ, ਇਹ ਥੋੜ੍ਹਾ ਜਿਹਾ ਕਾਲਾ ਨਮਕ ਅਤੇ ਇਹਦੇ ਵਿੱਚ ਕਾਲੀ ਮਿਰਚ ਕੁੱਟੀ ਹੋਈ ਆ। ਅਤੇ ਇਹ ਜੀ ਭੁੰਨਿਆ ਹੋਇਆ ਜੀਰਾ, ਇਹ ਅਜਵੈਣ ਆ, ਇਹ ਸੌਂਫ ਆ, ਇਹ ਮੈਂ ਥੋੜ੍ਹੀਆਂ ਥੋੜ੍ਹੀਆਂ ਕੁੰਡੀ ਦੇ ਵਿੱਚ ਰਗੜ ਲੀਆਂ। ਅਤੇ ਇਹ ਆ ਨਮਕ, ਨਮਕ ਆਪਾਂ ਨੇ ਪਾਉਣਾ ਨਿੰਬੂਆਂ ਦੇ ਅਕੋਰਡਿੰਗ, ਜਿੰਨੇ ਕੁ ਤੁਹਾਡੇ ਨਿੰਬੂ ਨੇ ਉਨਾ ਕੁ ਤੁਸੀਂ ਨਮਕ ਪਾ ਲਓ। ਇਹ ਆ ਜੀ ਸ਼ੱਕਰ, ਸ਼ੱਕਰ ਸ਼ੱਕਰ ਕੁਛ ਵੀ ਹੁੰਦਾ, ਗੁੜ ਜੋ ਵੀ ਮਰਜ਼ੀ ਕਹਿ ਲਓ ਇਹਨੂੰ ਤੁਸੀਂ। ਅਤੇ ਇਹ ਮੈਂ ਵੈਸੇ ਕੌਲਾ ਭਰ ਕੇ ਲਿਆ, ਅਤੇ ਮੈਂ ਨਿੰਬੂਆਂ ਦੇ ਅਕੋਰਡਿੰਗ ਜਦੋਂ ਕੜਾਹੀ ਦੇ ਵਿੱਚ ਪਾਊਂਗੀ ਉਦੋਂ ਮੈਨੂੰ ਪਤਾ ਲੱਗ ਜੂਗਾ ਕਿੰਨਾ ਕੁ ਪਾਉਣਾ, ਕਿਉਂਕਿ ਮੈਂ ਕਦੇ ਨਾਪ ਤੋਲ ਨਾਲ ਚੀਜ਼ ਨਹੀਂ ਬਣਾਈ। ਤੁਹਾਨੂੰ ਪਤਾ ਹੀ ਆ ਵੀ ਪਿੰਡਾਂ ਦੇ ਵਿੱਚ ਤਾਂ ਵੈਸੇ ਹੀ ਹੱਥ ਜਾਂ ਕੜਛੀ ਜਾਂ ਚਮਚੀ ਚੱਲਦਾ ਹੁੰਦਾ, ਜ਼ਿਆਦਾ ਤਾਂ ਹੱਥ ਹੀ ਚੱਲਦਾ। ਬੰਦੇ ਨੂੰ ਵੈਸੇ ਹੀ ਪਤਾ ਲੱਗ ਜਾਂਦਾ ਵੀ ਇੰਨੇ ਕੁ ਨਿੰਬੂਆਂ ਦੇ ਵਿੱਚ ਆਪਾਂ ਨੇ ਕਿੰਨਾ ਕੁ ਮਿੱਠਾ ਪਾਉਣਾ। ਲਓ ਜੀ, ਆਪਾਂ ਨੇ ਪਾਣੀ ਪਹਿਲਾਂ ਹੀ ਗਰਮ ਕਰਕੇ ਰੱਖਿਆ ਹੋਇਆ ਸੀ, ਜਿਹਦੇ ਉੱਪਰ ਆਪਾਂ ਨੇ ਨਿੰਬੂਆਂ ਨੂੰ ਥੋੜ੍ਹੀ ਜਿਹੀ ਸਟੀਮ ਦੇਣੀ ਆ। ਆਪਾਂ ਹੁਣ ਇਹਦੇ ਉੱਤੇ ਛਾਨਣੀ ਰੱਖ ਦਿੰਦੇ ਹਾਂ ਅਤੇ ਨਿੰਬੂ ਆਪਾਂ ਇਹਦੇ ਉੱਤੇ ਰੱਖਦੇ ਹਾਂ, ਕਿਉਂਕਿ ਜਦੋਂ ਆਪਾਂ ਸਟੀਮ ਦਿੰਦੇ ਹਾਂ ਥੋੜ੍ਹੇ ਨਿੰਬੂ ਸੌਫਟ ਹੋ ਜਾਂਦੇ ਨੇ ਅਤੇ ਅਚਾਰ ਜਲਦੀ ਬਣ ਜਾਂਦਾ। ਵੀ ਇਹਨਾਂ ਨੂੰ ਧੁੱਪੇ ਵੀ ਰੱਖ ਸਕਦੇ ਹਾਂ ਨਾ ਜੀ, ਸੇਮ ਜੀ ਗੱਲ ਹੀ ਆ। ਪਹਿਲਾਂ ਜਿਹੜਾ ਪਾਇਆ ਹੋਇਆ ਮਿੱਠੇ ਤੋਂ ਬਿਨਾ, ਹਾਂਜੀ, ਆਪਾਂ ਨੇ ਜਿਹੜਾ ਰਸ ਕੱਢਿਆ ਸੀਗਾ, ਵੱਡੇ ਨਿੰਬੂ ਲੱਗਦੇ ਨੇ ਆਪਣੇ, ਉਹਨਾਂ ਦਾ ਰਸ ਕੱਢ ਕੇ ਉਹਨਾਂ ਨੂੰ ਧੁੱਪੇ ਸੁਕਾ ਕੇ ਉਹਨਾਂ ਨੂੰ ਫੇਰ ਪਾਇਆ ਸੀਗਾ। ਉਹਨੂੰ 6-7 ਸਾਲ ਹੋ ਗਏ, ਉਦਾਂ ਦਾ ਉਦਾਂ ਹੀ ਵਿਆਹ, ਬਿਲਕੁਲ ਖਰਾਬ ਨਹੀਂ ਹੋਇਆ, ਬਸ ਮਸਾਲੇ ਮਿਕਸ ਕਰਕੇ ਵਿੱਚ ਪਾ ਕੇ ਰੱਖਤਾ ਡੱਬੇ ਦੇ। ਆਹ ਦੇਖੋ, ਇਹਦੇ ਵਿੱਚੋਂ ਇੰਨੇ ਬੀਜ ਨਿਕਲੇ ਨੇ, ਬਹੁਤ ਜ਼ਿਆਦਾ ਬੀਜ ਸੀਗੇ ਨਿੰਬੂਆਂ ਦੇ। ਜੇ ਆਪਾਂ ਵਿੱਚ ਹੀ ਕਰ ਦਿੰਦੇ ਹਾਂ ਤਾਂ ਫਿਰ ਖਾਣ ਟਾਈਮ ਪ੍ਰੋਬਲਮ ਆਉਂਦੀ ਆ, ਫਿਰ ਉੱਪਰ ਹੀ ਤੈਰਦੇ ਰਹਿੰਦੇ ਆ, ਤੈਰਦੇ ਫਿਰੀ ਜਾਂਦੇ ਨੇ ਉੱਪਰ। ਤੇ ਮੈਂ ਇਸ ਕਰਕੇ ਸਾਰੇ ਕੱਢਤੇ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਢੱਕ ਦਿੰਨੇ ਆ ਕਵਰ। ਬਸ 5-7 ਮਿੰਟ ਇਹ ਥੋੜੇ ਜਿਹਾ ਕਰਾਂਗੇ, ਇੱਕ ਵਾਰੀ ਆਪਾਂ ਇਹਨਾਂ ਨੂੰ ਹਿਲਾ ਦਾਂਗੇ, ਕਿਉਂਕਿ ਸਾਰਿਆਂ ਨੂੰ ਚੰਗੀ ਤਰ੍ਹਾਂ ਸਟੀਮ ਲੱਗ ਜੂਗੀ। ਹਲੋ ਜੀ, ਨਿੰਬੂ ਆਪਣੇ ਹੋ ਗਏ ਸੌਫਟ, ਘੱਟ ਗਏ ਵੀ ਲੱਗਦੇ ਨੇ ਕਿੰਨੇ। ਹਾਂਜੀ ਮੰਮੀ, ਅੱਧਾ ਚਾਰ ਤਾਂ ਬਣ ਗਿਆ ਲੱਗਦਾ, ਕਿਉਂਕਿ ਫਿਰ ਇਹ ਤੁਸੀਂ ਇੱਦਾਂ ਹੀ ਆ ਨਾ, ਇੱਕ ਅੱਧੇ ਦਿਨ ਦੇ ਵਿੱਚ ਹੀ ਖਾ ਸਕਦੇ ਹੋ, ਇੰਨੀ ਜਲਦੀ ਤਿਆਰ ਹੋ ਜਾਂਦਾ। ਅਤੇ ਹੁਣ ਆਪਾਂ ਕਰ ਦਿੰਦੇ ਹਾਂ ਗੈਸ ਬੰਦ। ਲਓ ਜੀ, ਜਿਹੜਾ ਆਪਾਂ ਨੇ ਤੁਹਾਨੂੰ ਗੁੜ ਦਿਖਾਇਆ ਸੀ ਸ਼ੱਕਰ, ਉਹਦੇ ਵਿੱਚੋਂ ਆਪਾਂ ਨੇ ਅੱਧੀ ਕੁ ਪਾਈ ਆ, ਕਿਉਂਕਿ ਨਿੰਬੂ ਵੀ ਆਪਣੇ ਕੋਲ ਥੋੜ੍ਹੇ ਨੇ। ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਵਾਂਗੇ, ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ, ਫਿਰ ਜ਼ਿਆਦਾ ਲਿਕੁਇਡ ਹੋ ਜਾਂਦਾ ਇਹ। ਅਤੇ ਹੁਣ ਆਪਾਂ ਬਾਲਦੇ ਹਾਂ ਗੈਸ, ਇਹਦੀ ਬਣਾਉਣੀ ਆ ਹੁਣ ਆਪਾਂ ਨੇ ਚਾਹਣੀ। ਮੈਂ ਹਣਾ ਜੀ, ਸਾਡੇ ਵੱਲ ਚਾਸ਼ਨੀ ਨੂੰ ਚਾਸ਼ਨੀ ਵੀ ਕਹਿੰਦੇ ਹੁੰਦੇ ਆ, ਆਪਣੀ ਵੀ ਚਾਸ਼ਨੀ ਕਹਿੰਦੇ ਨੇ, ਪਹਿਲਾਂ ਤਾਂ ਚਾਸ਼ਨੀ ਉਹ ਕਹਿੰਦੇ ਨੇ ਜਿਹੜੇ ਪਹਿਲੇ ਨੇ ਸਾਰੇ। ਹਾਂਜੀ, ਹੁਣ ਚਾਹਣੀ ਕਹਿਣ ਆ ਗਿਆ ਨਿਆਣੇ, ਚਾਹਣੀ ਚੁਣੀ ਕਹਿੰਦੇ ਹੁੰਦੇ ਆ ਸਾਡੇ ਵਰਗੇ, ਤਾਂ ਪਹਿਲਾਂ ਤਾਂ ਸਾਰੇ ਚਾਸ਼ਨੀ ਉਹ ਕਹਿੰਦੇ ਨੇ। ਹਾਂਜੀ ਮੰਮੀ, ਹੁਣ ਚਾਹਣੀ ਸੌਖਾ ਜਿਹਾ ਸ਼ਬਦ ਬੋਲਦੇ ਨੇ, ਸੌਖਾ ਜਿਹਾ ਚਾਹਣੀ ਬਣਾਉਣ ਲੱਗਿਆ ਹੁਣ ਅਸੀਂ ਚਾਸ਼ਨੀ। ਪਹਿਲਾਂ ਮੈਂ ਸ਼ੁਰੂ ਦੇ ਵਿੱਚ ਜਦੋਂ ਇਹਨਾਂ ਨੂੰ ਸਿੰਘ ਸਾਹਿਬ ਨੂੰ ਕਹਿੰਦੀ ਹੁੰਦੀ ਸੀ ਹਨਾ, ਚਾਸ਼ਨੀ ਬਣਾ ਲਈ ਹੈ, ਥੋੜ੍ਹਾ ਜਿਹਾ ਐਂ ਜੇ ਕਰਦੇ ਹੁੰਦੇ ਸੀ ਕੀ, ਫਿਰ ਚਾਹਣੀ ਕਹਿੰਦੇ ਨੇ। ਹਾਂਜੀ ਮੰਮੀ, ਲਓ ਜੀ ਚਾਸ਼ਨੀ ਆਪਣੀ ਦੇਖੋ ਚਿਪ ਚਿਪ ਕਰਦੀ ਆ, ਬਿਲਕੁਲ ਇੱਕ ਤਾਰ ਦੀ ਬਣ ਗਈ। ਇਹਨੂੰ ਜ਼ਿਆਦਾ ਨਹੀਂ ਭੁੰਨਣਾ ਹੈਗਾ, ਅਤੇ ਬਾਕੀ ਜਿਹੜੇ ਆਪਾਂ ਨੇ ਸਾਰੇ ਮਸਾਲੇ ਸੀ ਨਮਕ ਨੂੰ ਛੱਡ ਕੇ ਇਹਦੇ ਵਿੱਚ ਪਾ ਦੇਣੇ ਨੇ।
थोड़े जे भुन लो इन क्योंकि जिदा कि अजवैन आ सौंफ आ वो मैं फ्राई नहीं किए हुए वैसे कच्चे ही कुट के पाया सारा कुछ पाने तुम ये कलौजी भी पा सकते हो मम्मी जी कच्चे पाने होने मसाले फिर भी पा सकते हैं हाँ कच्चे फिर मैं जिम्मे 15 दिनों तक तैयार हो जाते हूँ आप पा देंगे नमक नमक पहला इस करके नहीं पाया क्योंकि कई बार नीचे लगन लग जाता मम्मी हूँ तो उन्हें नींबू ने पानी तो नहीं छड़ना है ना जी पहले ही पानी तो सारा निकल गया होगा फिर थोड़ा बहुत तो पानी महक होगा कुछ तो क्योंकि स्टीम ना हो गया जो अपने स्टीम दी नींबू किन्ने वधिया हो गए हाँ जी बिलकुल बनी गया है तो हम आप मिक्स कर दें बस अचार तैयार हो गया तैयार पा के इनू तुसी एक उबाली दे लो नींबू होर भी ज्यादा सॉफ्ट हो जाते हैं सब्जी लगती है हाँ जी मम्मी ग्रेवी वाली सब्जी लगती है नींबू वाली एक मम्मी जी कह मेरे मम्मी का फोन आया सी अज वो दसते सीगे कहिंदे ओदी औलिया की भी सब्जी बनती है अच्छा हाँ जी कहिंदे सीगे बना के देखो तुसी मैं रेसिपी दस दूंगी कहिंदे सीगे कहिंदे ओदे नाल जिवें सिर सुर किसी का चिट्टा हुंदा गा वो भी सही हो जाता गा अचार चटनी तो मैं बना लैनी हाँ पर सब्जी पहली बार सुन पता नहीं मम्मी का फोन आया सी मैं क्या भी मम्मी नूं पुछूंगी की पता उन्हां नूं पता होवे मैं नहीं कदी बनाया कहिंदे जिहदे जिवें वाल चिट्टे होण लग जांदे आ कहिंदे वो सही हो जांदे आ ओदे नाल मम्मी जी अति सुंदर लग रहा सुंदर तो बहुत लग रहा बाकी फिर जो डैडी ने रिव्यू देना उदो पता लगना भी उन्होंने सुंदर लगता कि नहीं लो जी अचार अपना तैयार है गैस आप कर दें बंद क्योंकि जि ज्यों ज्यों इन्हें ठंडा होना तो जोड़ा इन्हों का रस आ नींबू के जाई जाना तो हूँ आप लिक्विड लगता पर यह बिल्कुल दूजे अचार की तरह ही हो जाता बाद हूँ इन आप ठंडा होने रख दें बाकी यदा प्रोसैस बाद होगा यदा रिव्यू कई दिन बाद होगा क्योंकि जो चंगी तरह बिच सारा रस चले जाऊगा नींबू का तो अचार की गल उदों ही बनती है हुण मम्मी इन्हां नूं आपां एयर टाइट कंटेनर च पा के रखना कि इदां ही रख सकदे आ ना चाहे तुसीं उदां ही रख लो अच्छा ठीक है जी मतलब खराब तो नहीं हुंदा जी एवें भी रख लांगे इहने कुछ नहीं इहदा खराब होणा चाहे तुसीं कच्च दे बाउल च पा के रख दो नींबू वैसे ही नहीं खराब हुंदे हुंदे हां जी वैसे मी है ना वीडियो दे विच शायद उन्ना पता नहीं लगूगा जिन्ना ज्यादा नॉर्मली देखने दे विच सोना लग रहा पर उहदा फर्क हुंदा ही आ विच हां जी मैनूं तां बड़ा वधिया लग रहा है ग्लास करके पी जां इहदी आ ग्रेवी जी दा खट्टी मिठी दा सोना तो मैनू भी लग रहा पर चलो चलो तुसी तां भाई बना लिया पहला सातों असी तां लेट हो गए ठंडा हो गया चमच नाल सारे चक देने ने मैं तो एदो भी सौखी रेसिपी जे बना के आई हां मैं तो बाद विच भांडे जो कट्ठी जाऊंगी ਪਤਾ ਜੀ ਰਾਜਦੀਪ ਨੂੰ ਜਾੜਾਂ ਜੀ ਰਹਿ ਜਾਂਦੀ ਹੈ ਇੱਕ ਹੋਰ ਕੀ ਤਾਂ ਸਾਡੇ ਕੁਦਰਤ ਨੇ 32 ਜਾੜਾਂ ਦੰਦਾਂ ਬਖਸ਼ੇ ਨੇ ਹਾਂਜੀ ਡੈਡੀ ਇਹਦਾ ਮਤਲਬ ਇੱਕ ਦੋ ਬੁਰਕੇ ਪਿੱਛੇ ਰਹਿ ਜਾਂਦੇ ਨੇ ਦੱਸ ਮੈਂ ਚਾਰ ਬਹੁਤ ਸਵਾਦ ਆ ਇੱਕ ਕਦ ਪਾਇਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਹਾਂਜੀ ਮੰਮੀ ਗੁੱਡ ਬਹੁਤ ਸਵਾਦ ਆ ਲਾਜਵਾਬ ਇਹਦੇ ਨਾਲ ਤਾਂ ਦਾਲ ਸਾਜੀ ਦੀ ਵੀ ਨਹੀਂ ਜ਼ਰੂਰਤ ਪਰੌਂਠੇ ਨਾਲ ਇੱਕ ਮਗਣੀ ਹੋਵੇ ਇੱਕ ਇਹ ਚਾਰ ਹੋਵੇ ਇਹਦਾ ਲਹਿਜਾ ਹੀ ਲੱਗਾ ਸਵਾਦ ਹੀ ਲੱਗਾ ਹਾਂਜੀ ਡੈਡੀ ਤੈ ਪਾਇਆ ਕਿ ਮੰਮੀ ਨੇ ਮੰਮੀ ਨੇ ਜੀ ਦਰਸ਼ਨ ਅਸੀਂ ਲਿਆਂਦੀਆਂ 130 ਤੋਪਾਂ ਰਸ਼ੀਆਂ ਦੀਆਂ ਨਵੀਆਂ ਪਹਿਲਾਂ ਸਾਡੇ ਕੋਲ 105 ਸੀ ਜੀ ਹਾਂਜੀ ਡੈਡੀ ਅਸੀਂ ਜਦ ਟ੍ਰੇਨਿੰਗ ਕਰਦੇ ਸੀਗੇ ਵੀ ਸਿੱਖਦੇ ਸੀਗੇ ਸਾਨੂੰ ਕਾਈ ਜੀ ਇੱਕ ਹੁੰਦਾ ਸਿਖਾਉਂਦਾ ਹੁੰਦਾ ਸੀਗਾ ਜਾਂ ਸਾਡਾ ਕਰਨ ਸੀਓ ਸਾਹਿਬ ਕਰਨਲ ਕੇਕੇ ਕੋਸਲ ਆ ਗਿਆ ਉਹ ਇੱਕ ਹੌਲਦਾਰ ਭੂਪ ਸਿੰਘ ਸੀਗਾ ਕਹਿੰਦਾ ਭੂਪ ਸਿੰਘ ਤੂੰ ਵੀ ਸਿੱਖ ਲਾ ਉਹ ਕਹਿੰਦਾ ਜੀ ਮੈਂ ਬਾਹਰ ਖੜੀ ਸਿੱਖੀ ਜਾਂਦਾ ਜਦ ਕਹਿੰਦੇ ਵੀ ਠੀਕ ਆ ਹੌਲਦਾਰ ਸੀਗਾ ਉਹ ਕਹਿੰਦੇ ਹੌਲਦਾਰ ਇੱਕ ਹੁੰਦਾ ਕੰਨ ਦੇ ਉੱਪਰ ਕਹਿੰਦੇ ਵੀ ਤੂੰ ਪਿੱਛੇ ਹਟ ਤੂੰ ਭੂਪ ਸਿੰਘ ਉਹਦੀ ਜਗ੍ਹਾ ਲੈ ਉਹ ਭੂਪ ਸਿੰਘ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਕਰਨਾ ਨਹੀਂ ਕੀ ਕਰਨਾ ਵੀ ਇਸ ਤਰ੍ਹਾਂ ਦੇਖੇ ਤੇ ਨਹੀਂ ਹੁੰਦਾ ਹੱਥ ਮਾਰੇ ਤੇ ਵੀ ਸਿੱਖ ਹੁੰਦਾ ਡੈਡੀ ਜੀ ਮੈਂ ਪਾਇਆ ਹੋਇਆ ਜੀ ਪਰ ਇਹ ਵਾਲਾ ਚਾਰ ਮੰਮੀ ਨੇ ਪਾਇਆ ਸੀ ਇੱਧਰ ਖਾਣ ਵਾਸਤੇ ਅੱਛਾ ਤੇ ਆਪਣੇ ਵਾਸਤੇ ਵੀ ਪਾਇਆ ਹਾਂਜੀ ਡੈਡੀ ਉਹ ਨਹੀਂ ਕੋਈ ਮੈਂ ਮੋਟਰ ਨੂੰ ਪਾਣੀ ਲਾਉਂਦਾ ਸੀਗਾ ਕਣਕ ਨੂੰ ਮੋਟਰਾਂ ਚੱਲਦੀਆਂ ਸੀਗੀਆਂ ਤਾਂ ਨਹੀਂ ਮੈਨੂੰ ਪਤਾ
ਆਦਾ ਟੇਸਟ ਬਹੁਤ ਵਧੀਆ ਲਾਜਵਾਬ ਬਹੁਤ ਸਵਾਦ ਆ ਤਾਂ ਮੈਂ ਤਾਂ ਤਿੰਨ ਚਾਰ ਬਾੜੀਆਂ ਰੱਖੀਆਂ ਸੀਗੀਆਂ ਇੱਕ ਰੋਟੀ ਨਾਲੇ ਖਾ ਗਿਆ ਲਓ ਜੀ ਚਾਰ ਬਹੁਤ ਸਵਾਦ ਆ ਤੁਸੀਂ ਵੀ ਸਾਰੇ ਬਣਾ ਕੇ ਖਾਇਓ ਨਿੰਬੂ ਪਏ ਨੇ ਅੱਜ ਮੈਂ ਨਿੰਬੂ ਵੀ ਮੋਟਰ ਤੋਂ ਤੋੜ ਕੇ ਲੈ ਕੇ ਆਊਂਗਾ ਕਿਸੇ ਨੂੰ ਦਊਂਗਾ ਜੇ ਕਿਸੇ ਨੂੰ ਚਾਹੀਦੇ ਨੇ ਸਾਨੂੰ ਦੱਸਿਓ ਸਾਡੇ ਕੋਲ 10 ਕਿਲੋ ਅਜੇ ਵੀ ਨਿੰਬੂ ਮੋਟਰ ਤੇ ਲੱਗੇ ਹੋਏ ਨੇ ਮੈਂ 25 ਕਿਲੋ ਦੇਤੇ ਪੰਜ ਬੰਦਿਆਂ ਨੂੰ 5-5 ਕਿਲੋ ਤੋੜ ਕੇ ਚਾਰ ਬਹੁਤ ਸਵਾਦ ਆ ਤੁਸੀਂ ਵੀ ਬਣਾ ਕੇ ਖਾਇਓ ਜੀ ਚਲੋ ਜੀ ਵੀਡੀਓ ਦਾ ਐਂਡ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।